जी उस्ताद जी, थोड़ा जिहा ना नैटवर्क का जिहड़ा ना प्रॉब्लम हो गया सी। अगर तुसी मतलब है कि किसी ना वन टू वन मुकाबला खेलदे हो तुसी हार जांदे हो जी, तो अपनी हार दियां गलतियां देखो, वो कबूतरां दी वजह तों तुसी जनाब दोबारा जितने की कोशिश करो जी बिल्कुल, और कबूतर ही तुहाडे दोबारा ਤੁਹਾਡੀ ਇੱਜ਼ਤ ਬਣਾਉਣ ਜਾਂ ਤੁਹਾਡੀ ਵੈਲਿਊ ਬਣਾਉਣ ਜੀ ਬਿਲਕੁਲ। ਵੈਸ ਭਾਈ ਇਹ ਕੋਈ ਨਹੀਂ ਕਿ ਜਿਸ ਟਾਈਮ ਇੱਕ ਪਲੇਅਰ ਕੋਲ ਤੁਸੀਂ ਹਾਰ ਜਾਂਦੇ ਹੋ ਤਾਂ ਉਹਦੇ 'ਚ ਤੁਸੀਂ ਖਾਮੀਆਂ ਕੱਢਣੀਆਂ ਸ਼ੁਰੂ ਕਰ ਜੀ ਬਿਲਕੁਲ। ਅਗਰ ਉਹ ਖਾਮੀਆਂ ਕੱਢਣੀਆਂ ਤੁਸੀਂ ਸ਼ੁਰੂ ਕਰ ਦੋਗੇ ਨਾ ਤਾਂ ਉਹ ਫਿਰ ਸ਼ੌਕ ਖਰਾਬ ਵੀ ਹੋਵੇਗਾ ਬਿਲਕੁਲ। ਇਸ ਤਰ੍ਹਾਂ ਦਿੱਲੀ ਨਾਲ ਆਪਣੀ ਹਾਰ ਨੂੰ ਕਬੂਲ ਕਰੋ ਔਰ ਮਿਹਨਤ ਕਰਕੇ ਅਗਲੀ ਵਾਰੀ ਉਸ ਹਾਰ ਨੂੰ ਜਿੱਤ 'ਚ ਬਦਲੋ ਜੀ ਬਿਲਕੁਲ ਇਸੇ ਤਰ੍ਹਾਂ ਹੀ। ਮੇਰਾ ਤਾਂ ਮੈਸੇਜ ਹੈ ਇਹ ਵੈਸ ਭਾਈ ਜੀ, ਪਿਆਰ ਦਾ ਸ਼ੌਕ ਹੈ ਤੈਨੂੰ ਪਿਆਰ ਨਾਲ ਹੀ ਕਰੋ ਜੀ ਬਿਲਕੁਲ। ਉਸਤਾਦ ਜੀ ਅੱਜ ਸਾਨੂੰ ਸ਼ੌਕ ਦੇ ਹਵਾਲੇ ਦੇ ਵਿੱਚ ਆਪਣੇ ਕੁਛ ਪਰਿੰਦਿਆਂ ਦਾ ਸ਼ੌਕ ਵੀ ਨਾਲ ਕਰਾਓ। ਜ਼ਰੂਰ ਵੈਸ ਭਾਈ, ਜਿਸ ਪਰਿੰਦੇ ਦਾ ਵੀ ਕਹਿੰਦੇ ਹੋ ਜਿਹੜੇ ਬਾਦੀਆਂ ਚੁੱਡੇ ਨੇ। ਹਾਂ ਜੀ ਬਿਲਕੁਲ ਉਸਤਾਦ ਜੀ, ਉਹਨਾਂ ਦਾ ਕਰਵਾ ਦਿਓ। ਅਸਲਾਮ ਅਲੈਕੁਮ ਉਸਤਾਦ ਜੀ। ਉਸਤਾਦ ਜੀ ਕੀ ਹਾਲ ਹੈ, ਠੀਕ ਠਾਕ ਹੋ? ਕੈਸੀ ਤਬੀਅਤ ਹੈ ਜੀ? ਉਸਤਾਦ ਜੀ ਤੁਹਾਡਾ ਤੇ ਬਹੁਤ ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਕਿ ਤੁਸੀਂ ਉਸਤਾਦ ਹਣਾ ਨਾਲ ਸਾਡੀ ਮੁਲਾਕਾਤ ਕਰਾਈ ਹੈ, ਔਰ ਬਹੁਤ ਹੀ ਅਹਿਮ ਟਾਈਮ ਸਾਨੂੰ ਉਹਨਾਂ ਨੇ ਸਾਨੂੰ ਦਿੱਤਾ ਜੀ ਬਿਲਕੁਲ। ਬਿਲਕੁਲ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸ਼ਾਹ ਜੀ। ਮਾਸ਼ਾਅੱਲਾ ਜੀ ਉਸਤਾਦ ਉਹਨਾਂ ਨੂੰ ਇੱਕ ਬੰਦਾ ਨਾਮ ਦੱਸ ਦੇ, ਨਾਮ ਦੱਸ ਦੇ। ਇਹ ਉਸਤਾਦ ਹੋਣੀ ਨੇ ਸਰ, ਸਾਡਾ ਸਿਆਲਕੋਟ ਤੋਂ ਅਸੀਂ ਆਏ। ਮਾਸ਼ਾਅੱਲਾ ਜੀ ਉਸਤਾਦ ਉਹਨਾਂ ਦੇ ਦੋਸਤ ਬਾਬਾ ਇਹਨੀ ਜੀ ਸਿਆਲਕੋਟ ਤੋਂ, ਉਸਤਾਦ ਉਹਨਾਂ ਨੂੰ ਮੁਬਾਰਕਬਾਦ ਦੇਣ ਵਾਸਤੇ ਲਾ ਦੋ। ਪਾਣੀ ਪਿਲਾਈ ਕੁਰਸੀ ਇਧਰ ਕਰ ਦੇ ਜੀ। ਜਨਾਬ ਬੇਸ਼ੁਮਾਰ ਮੋਹਰਾਂ ਫੜਕਾਂ ਕਹਿ ਲੋ ਕੇ ਉੱਡੀ ਹੈ ਜੀ, ਦੋ ਵੰਡ ਦੇ ਪੰਜ ਫੜਕਾਂ, ਤੇ ਇਹ ਸਾਡੇ ਕੋਲ 5-6 ਸਾਲ ਤੋਂ ਉੱਡਦੀ ਆ ਰਹੀ ਹੈ। ਠੀਕ ਹੈ, ਮਾਸ਼ਾਅੱਲਾ ਜੀ ਜ਼ਬਰਦਸਤ। ਔਰ ਮਾਸ਼ਾਅੱਲਾ ਜਨਾਬ ਇਹਦਾ ਬਹੁਤ ਆਊਟਕਾਸਟ ਰਿਜ਼ਲਟ ਹੈ ਸਾਡੇ ਕੋਲ, ਯਾਨੀ ਕਿ ਅਸੀਂ ਕਹਿੰਦੇ ਹੁੰਦੇ ਹਾਂ ਕਿ ਬਈ ਮੌਸਮ ਖਰਾਬ ਹੋਵੇ ਜੋ ਵੀ ਹੋਵੇ ਜੀ, ਇਹ ਪੈਦਲ ਵੀ ਆ ਜਾਂਦੀ ਹੈ ਕਾਰ। ਮਾਸ਼ਾਅੱਲਾ ਲਓ ਜੀ ਦੋਸਤੋ, ਕਲਰ ਦੇਖੋ ਕਿੰਨਾ ਜ਼ਬਰਦਸਤ, ਔਰ ਪਰਫਾਰਮੈਂਸ ਪੰਜਾਬ ਵਾਲੀਆਂ ਚੈਂਪੀਅਨ ਪਰਫਾਰਮੈਂਸ ਦੀ ਕਬੂਤਰੀ, ਚੈਂਪੀਅਨ 2-3 ਦਫਾ ਹੋਈ। ਹਾਂਜੀ ਮਾਸ਼ਾਅੱਲਾ ਜੀ, ਲੋ ਜੀ ਦੋਸਤੋ, ਮਾਸ਼ਾਅੱਲਾ ਜੀ ਉਸਤਾਦ ਪੰਜਾਬ ਚੈਂਪੀਅਨ ਕਬੂਤਰ ਦਿਖਾ ਰਹੇ ਨੇ, ਦੋਸਤਾਂ ਨੂੰ ਸ਼ੌਕ ਕਰਵਾ ਰਹੇ ਨੇ, ਔਰ ਮੋਹਰਾਂ ਹੀ ਮੋਹਰਾਂ ਲੱਗੀਆਂ ਹੋਈਆਂ, ਪਰ ਤੇ ਹੁਣ ਰਹੇ ਨੇ ਕਿ ਜਿਹਨਾਂ ਦੇ ਮੋਹਰਾਂ ਨਾਮ ਦੀ ਲੱਗੀਆਂ ਹੋਣ। ਜਨਾਬ ਬਹੁਤ ਸਾਡਾ ਯਾਨੀ ਕਿ ਕਹਿ ਲਓ ਚੈਂਪੀਅਨ ਕਬੂਤਰ ਹੈ, ਇਹ ਤੁਹਾਡਾ ਇਹਦਾ ਮਾਂ ਪਿਓ ਵੀ ਕਹਿ ਲਓ ਤੁਹਾਡੇ ਫੈਸਲਾਬਾਦ ਦਾ ਹੀ। ਜ਼ਬਰਦਸਤ,
ਇਹ ਤਾਂ ਮਤਲਬ ਕਿ ਫੈਸਲਾਬਾਦੀ ਕਬੂਤਰ ਹੈ ਜੀ ਕਹਿ ਸਕਦੇ ਹੋ ਜੀ ਮਾਸ਼ਾਅੱਲਾ ਜੀ ਦੇਖੋ ਕ੍ਰੀਚੇ ਵੀ ਪੈ ਗਏ ਨੇ ਹਾਂਜੀ ਬਿਲਕੁਲ ਇਹ ਜਨਾਬ ਟੈਡੀ ਗੋਲਡਨ ਹੈ ਸੋਰੀ ਬਟੇਰਾ ਗੋਲਡਨ ਇਹਦੀ ਮਾਂ ਬਟੇਰੀ ਹੈ ਜਨਾਬ ਪਿਓ ਗੋਲਡਨ ਪਿਓ ਗੋਲਡਨ ਸਾਡੇ ਅਕਸਰ ਨਾ ਗੱਲਾਂ ਚੱਲਦੀਆਂ ਨੇ ਕਿ ਲਾਲ ਅੱਖ ਦੇ ਕਬੂਤਰ ਜਨਾਬ ਇਸ ਤਰ੍ਹਾਂ ਤੇ ਇਹ ਤੇ ਜੀ ਜੀ ਇਹ ਸਾਡੇ ਕੋਲ ਲਾਲ ਅੱਖ ਦੇ ਕਬੂਤਰ ਨੇ ਮਾਸ਼ਾਅੱਲਾ ਜਨਾਬ ਇਹਨਾਂ ਦੀ ਹੈ ਜਦੋਂ ਸਾਡੇ ਦੋ ਘੱਟੇ ਸੀ ਨਾ ਜੀ ਜੀ ਉਦੋਂ ਪਾਈ ਆ ਠੀਕ ਹੋ ਗਿਆ ਜੀ ਅਰੇ ਕਰੇਚੇ ਪੈ ਗਈ ਜੀ ਜੀ ਹਾਂਜੀ ਪਰ ਇਹ ਸਾਡੇ ਲਾਲ ਅੱਖ ਦੇ ਕਬੂਤਰ ਨੇ ਜਨਾਬ ਤੇ ਮਾਸ਼ਾਅੱਲਾ ਬੜਾ ਆਊਟ ਕਲਾਸ ਰਿਜ਼ਲਟ ਹੈ ਇਹਨਾਂ ਦਾ ਮਾਸ਼ਾਅੱਲਾ ਇਹਨਾਂ ਸੇ ਕਲਰ ਦਿਖਾਇਆ ਸਰ ਇਹ ਉਹਦੀ ਮਾਸੀ ਆਈ ਇਹਦੀ ਮਾਸੀ ਹੈ ਜਨਾਬ ਜਿਹੜੀ ਹੁਣ ਨੈਕਸਟ ਵਹਾ ਲਿਆ ਤੁਹਾਨੂੰ ਲਾਲ ਅੱਖਾਂ ਲਈ ਜਾਣੀ ਇਹਦਾ ਨਹੀਂ ਇਹ ਇਹਦੀ ਮਾਸੀ ਹੈ ਜਨਾਬ ਇਹ ਵੀ ਸਾਡੀ ਬੜੀ ਚੈਂਪੀਅਨ ਕੰਟਰੀ ਹੈ ਜਨਾਬ ਤੇ ਮੇਰਾ ਸਾਹ ਜੀ ਟੋਟਲੀ ਮੋਰ ਕੇ ਲੱਗਿਆ ਸਾਰੀ ਅਸਲ ਨਾਲ ਕਬੂਤਰ ਸਾਰੇ ਕ੍ਰੀਜ ਦੇ ਵਿੱਚ ਬਹੁਤ ਜ਼ਿਆਦਾ ਪਏ ਹੋਏ ਆ ਲਓ ਜੀ ਦੋਸਤੋ ਨਾਲ ਨਾਲ ਕਮੈਂਟਸ ਦੇ ਵਿੱਚ ਵੀ ਦੱਸ ਰਹੇ ਨੇ ਕਿ ਦੋਸਤਾਂ ਨੂੰ ਕੈਸੇ ਕਬੂਤਰ ਲੱਗੇ ਨੇ ਪੰਜਾਬ ਚੈਂਪੀਅਨ ਕਬੂਤਰਾਂ ਦਾ ਸ਼ੌਕ ਕਰਾ ਰਿਹਾ ਜੀ ਉਹ ਰਹਿ ਕਬੂਤਰ ਹੁਣ ਅਸੀਂ ਜੇਠ 'ਚ ਕੋਈ ਨਹੀਂ ਬੈਠਣੇ ਆਇਆ ਠੀਕ ਠੀਕ ਅਸੀਂ ਨੈਕਸਟ ਅਸੂ ਵਾਸਤੇ ਯਾਨੀ ਕਿ ਆਉਣ ਵਾਲੇ ਵਾਸਤੇ ਸੀਜ਼ਨ ਦੇ ਫੇਰ ਕਿਉਂਕਿ ਹਨੇਰਿਆਂ ਦੇ ਪਾਕਟ ਕਬੂਤਰ ਬਹੁਤ ਮੁਸ਼ਕਲ ਬਣਦੇ ਨੇ ਹਾਂਜੀ ਏਰੀਏ 'ਚ ਲਗੜ ਬਹਿਰ ਬਹੁਤ ਜ਼ਿਆਦਾ ਪੈਂਦੀ ਹਾਂਜੀ ਉਹ ਤੁਸੀਂ ਦੱਸਿਆ ਸੀ ਕਿ ਆਪਣਾ ਮੇਰਾ ਜੇ 100 ਛੱਡਿਆ ਵਾ ਤੇ 30 40 ਬਾਈ ਦੇ ਬਾਕੀ ਸਾਰੇ ਦੂਸਰਿਆਂ ਵਾਸਤੇ ਹੀ ਲਗੜ ਵਾਸਤੇ ਹੀ ਸਾਰੇ ਤਕਰੀਬਨ ਲਓ ਜੀ ਮੋਹਰਾਂ ਹੀ ਮੋਹਰਾਂ ਨੇ ਕਬੂਤਰਾਂ ਦੇ ਪਰਾਂ ਤੇ ਸਿਰ ਹੁਣ ਤੇ ਪਰ ਘੱਟ ਰਹੇ ਨੇ ਮੋਹਰਾਂ ਵੱਧ ਗਈਆਂ ਤੇ ਇਹ ਜਨਾਬ ਇਹ ਵੀ ਟੈਡੀ ਗੋਲਡਨ ਗਰਮੀ ਇਨਸ਼ਾਅੱਲਾ ਗਰਮੀ ਦੇ ਵਿੱਚ ਅਗਰ ਸਾਡੇ ਏਰੀਏ ਚ ਕਿਸੇ ਦੇ ਸ਼ਾਮੀ ਬੈਠੇ ਤੇ ਦਿਨ ਨੂੰ ਸਾਡੇ ਵੀ ਨਹੀਂ ਬੈਠੇ ਮਾਸ਼ਾਅੱਲਾ ਇਨਸ਼ਾਅੱਲਾ ਜੀ ਇਨਸ਼ਾਅੱਲਾ ਉਹ ਸਿਰਫ ਕੀ ਹੈ ਕਿ ਇੱਕ ਆਪਣੇ ਜਨਾਬ ਕਹਿ ਲਓ ਕਿ ਉਸਤਾਦਾਂ ਦੀ ਮਿਹਰਬਾਨੀ ਰਹਿਨਮਾਈ ਦੂਜਾ ਜਨਾਬ ਆਪਣੀ ਮਿਹਨਤ ਬਿਲਕੁਲ ਯਾਨੀ ਕਿ ਕੋਈ ਵੀ ਤੁਸੀਂ ਜਿਸ ਤਰ੍ਹਾਂ ਤਿਆਰੀ ਕਰਨੀ ਹੈ ਤਾਂ ਉਹਦੇ ਵਾਸਤੇ ਤੁਹਾਨੂੰ ਜ਼ਾਹਿਰ ਹੈ ਕੀ ਮਿਸਾਲ ਬਣੀ ਹੈ ਵੀ ਵਲੀਮੇ ਦੇ ਚਾਵਲ ਖਾ ਕੇ ਭਲਵਾਨੀ ਨਹੀਂ ਹੋਣੀ ਭਲਵਾਨੀ ਤਾਂ 6 ਮਹੀਨੇ ਖਾਣਾ ਹੀ ਪੈਂਦਾ ਹੈ ਹਾਂਜੀ ਇਹ ਜਨਾਬ ਜਦੋਂ ਦੋ ਘੱਟੇ ਸੀ ਕਹਿ ਪਾਇਆ ਸੀ ਅੱਛਾ ਇਹ ਵੀ ਸ਼ਾਮ ਮਾਸ਼ਾਅੱਲਾ ਇਹ ਸਾਧਨ ਹਾਲੇ ਕਬੂਤਰ ਨਹੀਂ ਕੋਰ ਕਮਾਂਡਰ ਹੈ ਜਨਾਬ ਮਾਸ਼ਾਅੱਲਾ ਮਾਸ਼ਾਅੱਲਾ ਲੋ ਜੀ ਦੋਸਤੋ ਅੱਜ ਦੇਖ ਲਓ ਉਸਤਾਦ ਨੂੰ ਕੋਰ ਕਮਾਂਡਰ ਕਬੂਤਰਾਂ ਦਾ ਸ਼ੌਕ ਕਰਵਾ ਰਹੇ ਜਿਨ੍ਹਾਂ ਦੇ ਪੰਜਾਬ ਦੇ ਵਿੱਚ ਇੱਕ ਨਾਮ ਦੇ ਵਿੱਚ ਤੇ ਇੱਕ ਬ੍ਰਾਂਡ ਕਬੂਤਰ ਨੇ ਮਾਸ਼ਾਅੱਲਾ ਜੀ ਮਾਸ਼ਾਅੱਲਾ ਲਓ ਜੀ ਦੋਸਤੋ ਅੱਜ ਪੰਜਾਬ ਚੈਂਪੀਅਨ ਕਬੂਤਰਾਂ ਦਾ ਸ਼ੌਕ ਕੋਰ ਕਮਾਂਡਰ ਉਸਤਾਦ ਆਸ਼ਿਕ ਹੁਸੈਨ ਸਾਹਿਬ ਦੀ ਬਰੀਡ ਬਣਾਈ ਹੋਈ ਹੱਥ ਦੀ ਬਰੀਡ ਜਿਹੜੀ ਕਬੂਤਰ ਜਿਨ੍ਹਾਂ ਦਾ ਜਵਾਬ ਨਹੀਂ ਹੈ ਜਾਂ ਇਹਨਾਂ ਦਾ ਕੋਈ ਸਾਨੀ ਨਹੀਂ ਹੈ ਇਹਨਾਂ ਕਬੂਤਰਾਂ ਦਾ ਵੀ
ਬਾਕੀ ਤੁਹਾਨੂੰ ਐ ਸ਼ੋ ਕਰਾਈਏ ਕਬੂਤਰਾਂ ਦਾ ਜੀ ਜੀ ਜਨਾਬ ਉਡਾ ਰਹੇ ਆ ਆਓ ਜੀ ਵੈਸ ਭਾਈ ਇਹ ਤਾਂ ਕੋਈ ਪਰਿੰਦੇ ਕੱਢੇ ਨੇ ਬਾਹਰ ਹੋਰ ਤਰ੍ਹਾਂ ਕਰ ਦੋ ਥੋੜ੍ਹਾ ਅੱਛਾ ਜੀ ਮਾਸ਼ਾਅੱਲਾ ਜੀ ਉਸਤਾਦ ਨਹੀਂ ਆਉਣ ਵਾਲੇ ਸੀਜ਼ਨ ਦੀ ਜੇਡ ਦੀ ਵਨ ਟੂ ਵਨ ਮੁਕਾਬਲਿਆਂ ਦੀ ਬਾਜ਼ੀਆਂ ਦੇ ਵਿੱਚ ਤਿਆਰ ਅਤੇ ਕਬੂਤਰਾਂ ਦੀ ਜਿਹੜੀ ਆ ਹੁਣ ਹੀ ਪ੍ਰੈਕਟਿਸ ਜਿਹੜੀ ਆ ਨਾ ਸ਼ੁਰੂ ਹੋ ਗਈ ਹੈ ਇਹ ਵਾਲੇ ਸਾਈਜ਼ ਸਾਰੇ ਨਰ ਨੇ ਟੋਟਲ ਅੱਛਾ ਯਾਨੀ ਕਿ ਮਿਕਸ ਹੀ ਨੇ ਸਾਰੇ ਹਾਂਜੀ ਅੰਦਰ ਹੀ ਰਹਿਣ ਦੇ ਕੋਈ ਮਸਲਾ ਨਹੀਂ ਆ ਨਹੀਂ ਨਹੀਂ ਕੋਈ ਨਹੀਂ ਸਾਡੀ ਜ਼ਬਰਦਸਤ ਹੋ ਜਾਵੇਗਾ ਮਾਸ਼ਾਅੱਲਾ ਜੀ ਉਸਤਾਦ ਉਹਨਾਂ ਦਾ ਉਡਾਣ ਵਾਲਾ ਸਾਰਾ ਸੈਟਅਪ ਹੈ ਅਤੇ ਸਾਰੇ ਤਕਰੀਬਨ ਨਰ ਨੇ ਸਹੀ ਸਾਰੇ ਨਰ ਹੀ ਨੇ ਨਾ ਸਾਰੇ ਮਾਸ਼ਾਅੱਲਾ ਜੀ ਮਾਸ਼ਾਅੱਲਾ ਜੀ ਠੀਕ ਹੋਗਾ ਮਾਸ਼ਾਅੱਲਾ ਜੀ ਸਾਰਾ ਉਹਨਾਂ ਦਾ ਸਾਰਾ ਉਡਾਣ ਵਾਲੀ ਮਾਦੀਆਂ ਦਾ ਸੈਟਅਪ ਆ ਸਾਰਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਜੀ ਸਾਰਿਆਂ ਨੇ ਬੱਚਿਆਂ ਦੀ ਤਿਆਰੀ ਵੀ ਹੈ ਜਿਹੜੀ ਨਾਲ ਨਾਲ ਵੱਡਿਆਂ ਕਬੂਤਰਾਂ ਤੋਂ ਬਾਅਦ ਬੱਚਿਆਂ ਦੀ ਵੀ ਤਿਆਰੀ ਹੋ ਰਹੀ ਹੈ ਨਾਲ ਇਹਨਾਂ ਦੀ ਵੀ ਵਕਤ ਵਕਤ ਦੇ ਨਾਲ ਸਾਰੀ ਪ੍ਰੈਕਟਿਸ ਜਿਹੜੀ ਹੈ ਨਾ ਉਸਤਾਦ ਹਣੀ ਆਗਾਜ਼ ਕਰੇਗੀ ਅਤੇ ਉਸਤਾਦ ਹਣਾਂ ਦੀ ਇੱਕ ਮਿਹਨਤ ਬਹੁਤ ਜ਼ਿਆਦਾ ਕਰਦੇ ਨੇ ਮੇਰੇ ਖਿਆਲ ਦੇ ਵਿੱਚ ਉਸਤਾਦ ਹਣੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਰਾਤ ਨੂੰ ਜਿੱਦਾਂ ਸੌਂਦੇ ਵੀ ਨਹੀਂ ਹੈਗੇ ਸਿਰਫ ਕਬੂਤਰਾਂ ਨੂੰ ਦੇਖਦੇ ਰਹਿੰਦੇ ਮਾਸ਼ਾਅੱਲਾ ਇੰਨੀ ਫਿਟਨੈਸ ਆ ਕਬੂਤਰਾਂ ਦੇ ਵਿੱਚ ਮੈਂ ਮੇਰੇ ਖਿਆਲ 'ਚ ਬਹੁਤ ਘੱਟ ਛੱਤਾਂ ਦੇ ਉੱਤੇ ਜਿਹੜੀ ਹੈ ਨਾ ਇਹ ਫਿਟਨੈਸ ਕਬੂਤਰਾਂ ਦੇ ਵਿੱਚ ਦੇਖੀ ਖਾਸ ਤੌਰ 'ਤੇ ਉੱਡਣ ਵਾਲੇ ਕਬੂਤਰਾਂ ਦੇ ਵਿੱਚ ਮਾਸ਼ਾਅੱਲਾ ਲਓ ਜੀ ਸਭ ਦੋਸਤਾਂ ਨੂੰ ਮਜ਼ਾ ਆ ਰਿਹਾ ਸ਼ੌਕ ਦੇ ਹਵਾਲੇ ਦੇ ਨਾਲ ਦੋਸਤਾਂ ਨੇ ਇੱਕ ਬਹੁਤ ਹੀ ਅੱਛੀ ਜ਼ਬਰ ਜੀ 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 ਸਾਹ ਜੀ ਜੀ ਵਾਲੇਕੁਮ ਸਲਾਮ ਜੀ ਚੌਧਰੀ ਸਮੀਰ ਸਾਹਿਬ ਵਾਲੇਕੁਮ ਸਲਾਮ ਭਾਈ ਜਾਨ ਕੀ ਹਾਲ ਹੈ ਠੀਕ ਠਾਕ ਹੋ ਖੈਰ ਖਰੀਅਤ ਦੇ ਨਾਲ ਹੋ ਜੀ ਰਹਿਮਾਨ ਰਹਿਮ ਭਾਈ ਵਾਲੇਕੁਮ ਸਲਾਮ ਸ਼ੁਕਰੀਆ ਸਰ ਜਿੰਨੇ ਵੀ ਸਾਨੂੰ ਦੋਸਤ ਲਾਈਵ ਦੇਖ ਰਹੇ ਨੇ ਸਭ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮਹਿਮੂਦ ਅਰਸ਼ਦ ਸਾਹਿਬ ਵਾਲੇਕੁਮ ਸਲਾਮ ਰੁਖਸਾਰ ਗੁੱਜਰ ਸਾਹਿਬ ਵਾਲੇਕੁਮ ਸਲਾਮ ਹੁਸਨੈਨ ਜੱਟ ਸਾਹਿਬ ਭਾਈ ਅਲਹਮਦੁਲਿਲਾ ਸ਼ੁਕਰ ਅੱਲਾ ਦਾ ਜਨਾਬ ਦੁਆਵਾਂ ਤੁਹਾਡੀਆਂ ਜੀ ਅਮਜਦ ਖਾਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਨਵੀਰ ਭਾਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਭ ਦੋਸਤ ਲਾਜ਼ਮੀ ਨਾਲ ਨਾਲ ਵੀਡੀਓ ਨੂੰ ਸ਼ੇਅਰ ਵੀ ਕਰਦੇ ਰਹਿਣ ਜੀ ਮਾਸ਼ਾਅੱਲਾ ਜੀ ਉਸਤਾਦ ਉਹਨਾਂ ਨੇ ਸਾਰੇ ਕੋਰ ਕਮਾਂਡਰ ਬਰੀਡ ਜਿਹੜੀ ਹੈਗੀ ਆ ਬਾਹਰ ਦਿਖਾ ਰਹੇ ਨੇ ਸਾਨੂੰ ਜੀ ਸਭ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ
नाल नाल कमेंट्स दे विच दस्सदे भी रहा करो कि दोस्तां नूं शौक भी अच्छा लग रहा वा। माशाल्लाह जी उस्ताद उन्होंने सारे कोर कमांडर ब्रीड भी दोस्तों शौक कराता जेडे उड़ा रहे ने। उस्ताद जी इन्हां कबूतरां दे विच एक किहड़ा ऐसा चॉइस होंदी कि उस्ताद उन्होंने इन्हां नूं कबूतरां नूं रख्या कि ज्यादा तों ज्यादा ये कबूतर बनाए आ कोर कमांडर ब्रीड जिहड़ी किस तरह बनी? ਇਹ ਮੇਰੇ ਖਿਆਲ ਨਾਲ ਤੇ ਜੋ ਮੈਂ ਸਾਧਰਾਂ ਤੋਂ ਪੁੱਛਿਆ ਸੀ ਉਹਦੇ ਵਿੱਚ ਉਹਨਾਂ ਕੋਲ ਦੁਬਈ ਵਾਲਾ ਕਬੂਤਰ ਆ ਜੀ ਤੇ ਰਾਮਪੁਰੀ ਕਬੂਤਰ ਸੀ। ਅੱਛਾ ਜੀ। ਉਹਨਾਂ ਦੇ ਕ੍ਰਾਸ ਦੇ ਵਿੱਚੋਂ ਨਿਕਲੇ ਸੀ ਕੋਰ ਕਮਾਂਡਰ ਜੀ ਅੱਗੋਂ ਉਹਨਾਂ ਦੇ ਵਿੱਚ ਵੀ ਕਾਫੀ ਕਬੂਤਰ ਉਹਨਾਂ ਪਾਏ।